ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਬਹੁਤ ਹੀ ਔਖੇ ਸਮੇਂ ਤੋਂ, ਚੈਲੇਂਜਿੰਗ ਟਾਈਮਸ 'ਚੋਂ ਨਿਕਲ ਰਹੇ ਹਾਂ, ਔਰ ਮੈਂ ਸਮਝਦਾ ਕਿ ਇਸ ਮੌਕੇ 'ਤੇ ਜਿਵੇਂ ਜਿਹੜਾ ਫੈਸਲਾ ਕੱਲ੍ਹ ਕੀਤਾ ਗਿਆ, ਚਾਹੇ ਉਹ ਰਾਸ਼ਟਰਪਤੀ ਸਾਹਿਬ ਸਨ, ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਚਾਹੇ ਉਹ ਗਵਰਨਰ ਸਾਹਿਬਾਨ ਸਨ, ਔਰ ਥੱਲੇ ਮੈਂਬਰ ਪਾਰਲੀਮੈਂਟ ਸਾਹਿਬਾਨ ਸਨ, ਚਾਹੇ ਉਹ ਰਾਜ ਸਭਾ ਲੋਕ ਸਭਾ, ਸਭ ਨੇ ਮਿਲ ਕੇ ਇਸ ਫੈਸਲੇ ਦਾ ਸਵਾਗਤ ਕੀਤਾ ਕਿ 30% ਸੈਲਰੀ ਕੱਟ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸੁਜੈਸਟ ਕੀਤਾ ਉਸ ਨੂੰ ਅਪਣਾਇਆ। ਉਸੇ ਤਰਜ਼ 'ਤੇ ਮੈਂ ਆਸ ਕਰੂੰਗਾ, ਬੇਨਤੀ ਕਰੂੰਗਾ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ MLA ਸਾਹਿਬਾਨਾਂ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਬਣਾਇਆ ਕਿ ਅਸੀਂ ਵੀ ਅਗਲੇ ਸਾਲ ਭਰ ਵਾਸਤੇ 30% ਸੈਲਰੀ ਕੱਟ ਦਾ ਸਵਾਗਤ ਕਰਦੇ ਹਾਂ, ਔਰ ਚਾਹਵਾਂਗੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਸਾਰੇ MLA ਸਾਹਿਬਾਨ ਕੋਰੋਨਾ ਵਾਇਰਸ ਦੀ ਇਸ ਲੜਾਈ 'ਚ ਆਪਦਾ ਛੋਟਾ ਜਿਹਾ ਯੋਗਦਾਨ ਪਾਉਣ। ਨਾਲ ਹੀ ਮੈਂ ਇਹ ਬੇਨਤੀ ਕਰੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਸਾਰੇ ਮਿਨਿਸਟਰ ਸਾਹਿਬਾਨ, ਸਟੇਟ ਦੇ ਮਿਨਿਸਟਰ ਸਾਹਿਬਾਨ, ਚੀਫ ਮਿਨਿਸਟਰ ਸਾਹਿਬ ਆਪ, ਜਿੱਥੇ ਉਹਨਾਂ ਦੀ ਸਾਰਿਆਂ ਦੀ ਸੈਲਰੀ 'ਚ 30% ਦਾ ਕੱਟ ਹੋਵੇ, ਨਾਲ ਹੀ ਜਿਹੜਾ ਡਿਸਕ੍ਰਿਸ਼ਨਰੀ ਫੰਡ, ਚਾਹੇ ਉਹ ਮਿਨਿਸਟਰ ਸਾਹਿਬਾਨਾਂ ਦਾ, ਚਾਹੇ ਉਹ ਚੀਫ ਮਿਨਿਸਟਰ ਸਾਹਿਬ ਦਾ, ਚਾਹੇ ਉਹ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਇਕੱਠਾ ਹੁੰਦਾ, ਚਾਹੇ ਉਹ ਮੰਡੀ ਬੋਰਡ ਦੀ ਫੰਡ ਜਿਹੜਾ ਇਕੱਠਾ ਹੁੰਦਾ, ਉਹ ਸਾਰੇ ਪੈਸੇ ਆਪਾਂ ਨੂੰ ਕੋਵਿਡ ਦੀ ਲੜਾਈ ਲੜਨ ਵਾਸਤੇ, ਇੱਕ ਡੈਡੀਕੇਟਡ ਕੋਵਿਡ ਦੀ ਲੜਾਈ ਵਾਸਤੇ ਫੰਡ ਕ੍ਰੀਏਟ ਕਰਕੇ ਉੱਥੇ ਦੇਣੇ ਚਾਹੀਦੇ। ਔਰ ਨਾਲ ਹੀ ਕਿ ਜਿਹੜਾ ਇਸ਼ਤਿਹਾਰ ਜਾਂਦਾ ਪੰਜਾਬ ਸਰਕਾਰ ਦਾ, ਉਹ ਸਾਰਾ ਇਸ਼ਤਿਹਾਰ, ਕਰੋੜਾਂ ਰੁਪਈਆ ਇਸ਼ਤਿਹਾਰ ਦੇ ਰੂਪ 'ਚ ਜਾਂਦਾ, ਉਹ ਵੀ ਇਸ ਕੋਵਿਡ ਦੀ ਲੜਾਈ 'ਚ, ਉਹ ਪੈਸੇ ਵੀ ਇਸ਼ਤਿਹਾਰ ਦੇ ਇਸ ਲੜਾਈ ਵਾਸਤੇ, ਕੋਵਿਡ ਦੀ ਲੜਾਈ ਦੇ ਖਿਲਾਫ ਦੇਣੇ ਚਾਹੀਦੇ ਨੇ। ਨਾਲ ਹੀ ਜਿੰਨਾ ਫੋਰਨ ਟਰੈਵਲ ਹੈ, ਸਾਰੇ ਮਿਨਿਸਟਰ ਸਾਹਿਬਾਨਾਂ ਦਾ, MLA ਸਾਹਿਬਾਨਾਂ ਦਾ, ਚੀਫ ਮਿਨਿਸਟਰ ਸਾਹਿਬ ਆਪ ਵੀ ਇਸ ਫੋਰਨ ਟਰੈਵਲ ਨੂੰ ਬੰਦ ਕਰ ਦੇਣ, ਬੈਨ ਕਰ ਦੇਣ, ਔਰ ਉਹ ਪੈਸਾ ਵੀ ਡੈਡੀਕੇਟਡਲੀ ਕੋਵਿਡ ਦੀ ਲੜਾਈ ਲੜਨ ਵਾਸਤੇ, ਪੇਸ਼ੈਂਟਸ ਦੀ ਮਦਦ ਵਾਸਤੇ, PPE ਕਿੱਟਸ ਵਾਸਤੇ, ਹੈਲਥ ਵਰਕਰਸ ਦੀ ਬਿਹਤਰੀ ਵਾਸਤੇ, ਵੈਂਟੀਲੇਟਰ ਸਿਸਟਮ, ਹੈਲਥ ਸਰਵਿਸਿਜ਼ ਨੂੰ ਬੈਟਰ ਕਰਨ ਵਾਸਤੇ ਇਹ ਪੈਸੇ ਦੇਣੇ ਚਾਹੀਦੇ। ਇਸ ਲਈ ਮੈਂ ਆਸ ਕਰੂੰਗਾ, ਉਮੀਦ ਕਰੂੰਗਾ, ਚਾਹੇ ਉਹ ਫਾਲਤੂ ਦੇ ਖਰਚੇ ਜਿੰਨੇ ਵੀ ਨੇ ਉਹ ਬੰਦ ਕਰਤੇ ਜਾਣ, ਨਾਲ ਹੀ ਜਿਹੜਾ ਇਹ ਇਸ਼ਤਿਹਾਰ ਹੈ ਉਹ ਬੰਦ ਕਰਕੇ, ਫੋਰਨ ਟਰੈਵਲ ਬੰਦ ਕਰਕੇ, ਸਾਰੇ ਹੀ ਪੈਸੇ ਡਿਸਕ੍ਰਿਸ਼ਨਰੀ ਫੰਡ ਵੀ ਬੰਦ ਕਰਕੇ ਕੋਵਿਡ ਦੀ ਲੜਾਈ ਲੜਨ ਵਾਸਤੇ ਦਿੱਤੇ ਜਾਣੇ ਚਾਹੀਦੇ ਆ। ਅਰਜ਼ ਕਰੂੰਗਾ, ਬੇਨਤੀ ਕਰੂੰਗਾ ਕਿ ਸਾਰੇ ਇਸ ਗੱਲ ਨੂੰ ਰਲ ਮਿਲ ਕੇ ਇਸ ਲੜਾਈ 'ਚ ਯੋਗਦਾਨ ਪਾਈਏ, ਅਤੇ ਜੋ ਕੁਛ ਵੀ ਹੋ ਸਕਦਾ, ਜਿਵੇਂ ਲੋਕ ਵੱਧ ਚੜ੍ਹ ਕੇ ਇਸ ਲੜਾਈ 'ਚ ਹਿੱਸਾ ਪਾ ਰਹੇ, ਅਸੀਂ ਵੀ ਆਪਦਾ ਜ਼ਿੰਮੇਵਾਰੀ, ਡਿਊਟੀ ਨਿਭਾਉਂਦੇ ਹੋਏ ਅੱਜ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ MLA ਸਾਹਿਬਾਨਾਂ ਨੇ 30% ਸੈਲਰੀ ਕੱਟ ਨੂੰ ਦਾ ਸਵਾਗਤ ਕਰਦੇ ਹੋਏ ਇਹ ਮਨ ਬਣਾਇਆ ਕਿ ਸਾਰੀ ਇਹ ਫੈਸਲਾ, ਸਾਰੇ MLA ਸਾਹਿਬਾਨ ਵੀ ਇਹਨੂੰ ਸਰਸੰਮਤੀ ਨਾਲ ਕਰਕੇ ਕੋਰੋਨਾ ਦੀ ਲੜਾਈ ਦੇ ਖਿਲਾਫ ਇਹ ਦਿਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।